ਰਾਜਨੀਤਿਕ ਧਿਰ ਨੇ ਤੁਹਾਡੇ ਤੇ ਕੋਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇ? ਦੇਖੋ ਜੀ, ਇਹ ਤਾਂ ਕਠਿਨਾਈਆਂ ਜੇ ਮੰਨ ਲਓ ਆਉਂਦੀਆਂ ਵੀ ਨੇ ਤੇ ਇਹ ਤਾਂ ਆਮ ਗੱਲ ਹੈ, ਕੋਈ ਜ਼ਿਆਦਾ ਵੱਡੀ ਗੱਲ ਨਹੀਂ। ਕਦੇ ਇਸ ਤਰ੍ਹਾਂ ਦੀ ਕੋਈ ਘਟਨਾ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ? ਆਮ ਆਪਾਂ ਚਲੋ ਇਹ ਤਾਂ ਤੁਸੀਂ ਰਾਜਨੀਤੀ ਤੇ ਲੈ ਗਏ ਗੱਲ ਨੂੰ ਜੀ। ਮੰਨ ਲਓ ਆਮ ਵੀ ਆਪਾਂ ਕਵਰੇਜ ਕਰਨੇ, ਕਈ ਵਾਰੀ ਇੱਕ ਧਿਰ ਆਪਣੇ ਤੋਂ ਖਬਰ ਲਗਵਾਉਂਦੀ ਹੈ ਤੇ ਦੂਸਰੀ ਧਿਰ ਵੀ ਇਤਰਾਜ਼ ਕਰ ਦਿੰਦੀ ਹੈ, ਫਿਰ ਆਪਾਂ ਉਹਨਾਂ ਦਾ ਬੜਾ ਇੱਕ ਸਪਸ਼ਟੀਕਰਨ ਦੇ ਹਿਸਾਬ ਨਾਲ ਉਹਨਾਂ ਦਾ ਜਿਹੜਾ ਪੱਖ ਹੁੰਦਾ ਆਪਾਂ ਉਹ ਰੱਖਦੇ ਹਾਂ। ਨਮਸਕਾਰ ਦੋਸਤੋ, ਤੁਸੀਂ ਦੇਖ ਰਹੇ ਹੋ AMTV ਲਾਈਵ ਤੇ ਮੈਂ ਆ ਤੁਹਾਡਾ ਆਪਣਾ ਅਸ਼ੋਕ ਮੈਕ। ਬਹੁਤ ਸਾਰੇ ਲੀਡਰਸ਼ਿਪ ਨਾਲ, ਰਾਜਨੀਤਿਕ ਬੰਦਿਆਂ ਨਾਲ ਔਰ ਕਈ ਤਰ੍ਹਾਂ ਦੇ ਬੰਦਿਆਂ ਨਾਲ ਚਰਚਾਵਾਂ ਹਮੇਸ਼ਾ ਅਸੀਂ ਕਰਦੇ ਰਹਿੰਦੇ ਹਾਂ। ਅੱਜ ਸਾਡੇ ਨਾਲ ਮੌਜੂਦ ਨੇ ਪੱਤਰਕਾਰ ਸੰਨੀ ਦੂੰਬੜਾ, ਜਿਹੜਾ ਕਿ SD ਲਾਈਵ ਫੇਸਬੁੱਕ ਪੇਜ ਦੇ ਮੁੱਖ ਸੰਪਾਦਕ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ। ਇਹਨਾਂ ਦੇ ਬੀਤੇ ਦਿਨੀ 10,000 ਜਿਹੜੇ ਕਿ ਫੋਲੋਅਰ ਕੰਪਲੀਟ ਹੋ ਗਏ ਨੇ ਔਰ ਇਹਨਾਂ ਵੱਲੋਂ ਜਿਹੜਾ ਕਿ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਔਰ ਸਾਡੀ ਟੀਮ ਵੱਲੋਂ ਇਹਨਾਂ ਨੂੰ ਵਧਾਈ ਹੈ ਜੀ। ਸੰਨੀ ਦੂੰਬੜਾ ਜੀ, ਵਧਾਈ ਹੋਵੇ। ਸੰਨੀ ਦੂੰਬੜਾ ਜੀ, ਇੱਥੋਂ ਤੱਕ ਦੇ ਸਫ਼ਰ ਬਾਰੇ ਪਹਿਲਾਂ ਤਾਂ ਤੁਸੀਂ ਜਾਣਕਾਰੀ ਦਿਓ। SD ਲਾਈਵ ਵਿੱਚ ਤੁਸੀਂ ਆਏ, ਆਪਦਾ ਪੇਜ ਬਣਾਇਆ, ਪਹਿਲੇ ਕਿਸੇ ਤੁਸੀਂ ਨਿੱਜੀ ਚੈਨਲ ਵਿੱਚ ਵੀ ਕਾਫੀ ਸਮਾਂ ਕੰਮ ਕੀਤਾ, ਇਸ ਟਾਈਮ ਤੁਸੀਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਵਧੀਆ ਵੱਡੇ ਪੱਧਰ ਤੇ ਕੰਮ ਕਰ ਰਹੇ ਹੋ, ਤੁਹਾਡਾ 10,000 ਫੋਲੋਅਰ ਕੰਪਲੀਟ ਹੋ ਗਿਆ ਹੈ। ਇਸ ਸਫ਼ਰ ਤੱਕ ਪਹੁੰਚਣ ਲਈ ਕੀ ਕੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ, ਇਹ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਬਿਲਕੁਲ ਜੀ, ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮੇਰੇ ਉਹ ਸ਼ੁਭ ਚਿੰਤਕ, ਚਾਹੇ ਉਹ ਇੱਕ ਵੀਡੀਓ ਨੂੰ ਲਾਈਕ ਕਰਨ ਵਾਲਾ ਵੀ ਹੈ। ਦੇਖੋ, ਹਰੇਕ ਦੀ ਜਿਹੜੀ ਸ਼ਮੂਲੀਅਤ ਹੁੰਦੀ ਨਾ ਜੀ, ਉਹ ਬੜੀ ਅਹਿਮੀਅਤ ਰੱਖਦੀ ਹੈ ਜੀ। ਚਾਹੇ ਉਹ ਫੋਲੋਵਰ ਨੇ, ਚਾਹੇ ਕਮੈਂਟ ਕਰਨ ਵਾਲੇ ਦੋਸਤ ਨੇ ਮੇਰੇ ਜੀ, ਯਕੀਨ ਮੰਨਿਓ ਮੈਨੂੰ ਅੱਜ ਆਪਦੇ ਆਪ ਤੇ ਵਿਸ਼ਵਾਸ ਨਹੀਂ ਹੋ ਰਿਹਾ ਵੀ ਮੈਂ 10,000 ਫੋਲੋਵਰ 11 ਮਹੀਨਿਆਂ ਤੋਂ ਪਹਿਲਾਂ ਜਿਹੜਾ ਕੰਪਲੀਟ ਕਰ ਚੁੱਕਿਆ। ਕੀ ਬਾਤ ਹੈ! ਕਿਉਂਕਿ ਮੇਰੇ ਕੋਲ ਇੰਨਾ ਸਮਾਂ ਨਹੀਂ ਵੀ ਆਪਾਂ ਲੋਕਾਂ ਨੂੰ ਕਹੀਏ ਜਾਂ ਆਮ ਗੱਲ ਕਰੀਏ ਵੀ ਫੋਲੋਵਰ ਕਰੋ, ਮੈਨੂੰ ਫੋਲੋ ਕਰੋ ਪੇਜ ਨੂੰ ਜੀ। ਇਕੱਲਾ ਹੈਗਾ ਸੀ, ਕਵਰੇਜ ਤੇ ਵੀ ਜਾਣਾ, ਫੀਲਡ ਦੇ ਵਿੱਚ ਰਹਿਣਾ, ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਲੋਕਾਂ ਦੀਆਂ ਸਮੱਸਿਆ ਨੂੰ ਉਠਾਉਣਾ ਜੀ। ਚਾਹੇ ਮੰਨ ਲਓ ਪ੍ਰਸ਼ਾਸਨ ਦੀ ਹੈ, ਉਹਨਾਂ ਦੀ ਆਵਾਜ਼ ਲੋਕਾਂ ਤੱਕ ਜੋ ਮੈਸੇਜ ਹੁੰਦਾ ਸੀ ਪ੍ਰਸ਼ਾਸਨ ਦਾ, ਉਹ ਵੀ ਪਹੁੰਚ ਕਰਨਾ ਲੋਕਾਂ ਤੱਕ ਜੀ, ਜਿਹਦੇ ਵਿੱਚ ਇੱਕ ਜਾਗਰੂਕਤਾ ਦਾ ਜਿਹੜਾ ਮੈਸੇਜ ਹੁੰਦਾ ਸੀ ਜੀ। ਤਾਂ ਕਠਿਨਾਈਆਂ ਤਾਂ ਦੇਖੋ ਜੀ, ਮੈਨੂੰ ਪਿਛਲੇ 5 ਸਾਲ ਹੋ ਗਏ ਫੀਲਡ ਦੇ ਵਿੱਚ ਜੀ, ਲੋਕਾਂ ਦੇ ਨਾਲ ਜੁੜਿਆ ਜੀ, ਲੋਕਾਂ ਦੇ ਨਾਲ ਜੁੜਿਆ ਸੀ ਤਾਂ ਹੀ ਅੱਜ ਇਹ ਜਿਹੜੀ ਉਪਲਬਧੀ ਹਾਸਲ ਹੋਈ ਹੈ ਜੀ, ਲੋਕਾਂ ਦਾ ਪਿਆਰ ਮਿਲਿਆ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਆਪਦਾ ਪਿਆਰ ਐਵੇਂ ਬਣਾਈ ਰੱਖਿਓ, ਇਹੀ ਉਮੀਦ ਹੈ ਮੈਨੂੰ ਜੀ। ਕਠਿਨਾਈਆਂ ਤਾਂ ਦੇਖੋ ਚਲੋ, ਤਾਂ ਚਾਹੇ ਆਪਾਂ ਦਾ ਬਿਜ਼ਨਸ ਵੀ ਕਰਨੇ ਨਾ ਜੀ, ਉਹਦੇ ਵਿੱਚ ਵੀ ਆ ਜਾਂਦੀਆਂ ਜੀ, ਪਰ ਵਕਤ ਦੇ ਨਾਲ ਇਨਸਾਨ ਭੁੱਲ ਜਾਂਦਾ ਅਸਲ ਮਕਸਦ ਦੇ ਵਿੱਚ ਨਹੀਂ। ਮੈਂ ਖੁਦ ਦੇਖੀਆਂ ਕਈ ਚੈਨਲਾਂ ਦੇ, ਆਪਾਂ ਚਲੋ ਚੈਨਲਾਂ ਦਾ ਨਾਂ ਨਹੀਂ ਲੈਂਦੇ, ਵੀ ਕਈ ਚੈਨਲਾਂ ਦੇ ਇਸ ਤਰ੍ਹਾਂ ਦੀ ਖਬਰਾਂ ਦੇਖਣ ਨੂੰ ਮਿਲਦੀਆਂ ਜਿਹੜੀਆਂ ਕਿ ਮਜ਼ਾਕ ਜਿਹਾ ਹੁੰਦਾ ਹੈ ਬਣਿਆ। ਅਸਲ ਦੇ ਵਿੱਚ ਪੱਤਰਕਾਰਤਾ ਦਾ ਮੇਨ ਮਕਸਦ ਕੀ ਹੈ? ਪੱਤਰਕਾਰਤਾ ਦੀ ਜਿਹੜੀ ਸਹੀ ਮਾਇਨੇ ਭੂਮਿਕਾ ਹੈ ਜੀ, ਆਮ ਲੋਕਾਂ ਪ੍ਰਸ਼ਾਸਨ ਦੇ ਵਿਚਕਾਰ, ਦੇਖੋ ਆਮ ਲੋਕਾਂ ਨੂੰ, ਆਮ ਲੋਕਾਂ ਦੀ ਜਿਹੜੀ ਮੰਗ ਹੁੰਦੀ ਹੈ ਉਹ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਕੰਮ ਕਰਦਾ ਪੱਤਰਕਾਰ। ਤੇ ਇਹਦੇ ਵਿੱਚ ਕੀ ਹੁੰਦਾ ਜੀ, ਇਹ ਨਹੀਂ ਵੀ ਆਪਾਂ ਕਹੀਏ ਵੀ ਆਪਾਂ ਹੁਣ ਪ੍ਰਸ਼ਾਸਨ ਦੇ ਖਿਲਾਫ ਚੱਲ ਪਈਏ
ਜਾਂ ਆਮ ਲੋਕਾਂ ਦੀ ਆਪਾਂ ਸੁਣੀਏ ਨਾ, ਉਹਦੇ ਵਿੱਚ ਇੱਕ ਪੱਤਰਕਾਰ ਨੂੰ ਇੱਕ ਇਹੋ ਜਿਹੀ ਰੋਲ ਆਪਣਾ ਅਦਾ ਕਰਨਾ ਪੈਂਦਾ ਵੀ ਆਮ ਬੰਦੇ ਦੀ ਆਵਾਜ਼ ਵੀ ਪ੍ਰਸ਼ਾਸਨ ਤੱਕ ਪਹੁੰਚ ਜਾਏ ਤੇ ਪ੍ਰਸ਼ਾਸਨ ਵੀ ਸਾਡੀ ਕਵਰੇਜ ਤੋਂ ਸੰਤੁਸ਼ਟ ਹੋ ਜਾਏ ਜੀ। ਕਾਰਨ ਕੀ ਹੁੰਦਾ? ਕਾਰਨ ਬਹੁਤ ਕੁਛ ਹੁੰਦੇ ਨੇ ਜੀ। ਦੇਖੋ ਆਮ ਲੋਕਾਂ ਦੀਆਂ ਮੰਗਾਂ ਜ਼ਰੂਰ ਹੁੰਦੀਆਂ ਨੇ, ਕਈ ਵਾਰੀ ਆਮ ਲੋਕ ਵੀ ਗੁੱਸੇ ਚ ਜਾਂ ਕੁਛ ਇਹੋ ਜਿਹੇ ਸ਼ਬਦ ਬੋਲ ਦਿੰਦੇ ਨੇ, ਆਪਾਂ ਨੂੰ ਉਹ ਵੀ ਥੋੜਾ ਇਗਨੋਰ ਕਰਨੇ ਪੈਂਦੇ ਨੇ ਜੀ। ਸਰਕਾਰੀ ਅਦਾਰੇ ਦਾ ਕੋਈ ਵੀ ਕੰਮ ਹੈ ਉਹ ਸਰਕਾਰ ਦੇ ਨਿਯਮਾਂ ਦੇ ਨਾਲ ਹੀ ਚੱਲਣਾ ਹੁੰਦਾ ਜੀ। ਜੋ ਉਹਨਾਂ ਦਾ ਸਿਸਟਮ ਹੈ ਉਹਦੇ ਨਾਲ ਹੀ ਚੱਲਣਾ ਹੁੰਦਾ ਜੀ। ਤਾਂ ਪੱਤਰਕਾਰ ਦਾ ਤਾਂ ਅਹਿਮ ਰੋਲ ਤਾਂ ਇਹੀ ਰਹਿੰਦਾ ਵੀ ਦੋਨਾਂ ਦੇ ਵਿਚਕਾਰ ਜਿਹੜਾ ਹੈ ਤਾਲਮੇਲ ਬਣਾ ਕੇ ਰੱਖੇ ਜੀ, ਇੱਕ ਅਹਿਮ ਭੂਮਿਕਾ ਨਿਭਾਉਂਦਾ ਜੀ। ਕਈ ਵਾਰੀ ਕੋਈ ਐਸਾ ਸਮਾਂ ਆਇਆ ਹੋਵੇ ਜਿਵੇਂ ਮੌਜੂਦਾ ਸਰਕਾਰ ਜਾਂ ਕੋਈ ਰਾਜਨੀਤਿਕ ਧਿਰ ਨੇ ਤੁਹਾਡੇ ਤੇ ਕੋਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇ? ਦੇਖੋ ਜੀ, ਇਹ ਤਾਂ ਕਠਿਨਾਈਆਂ ਜੇ ਮੰਨ ਲਓ ਆਉਂਦੀਆਂ ਵੀ ਨੇ ਤੇ ਇਹ ਤਾਂ ਆਮ ਗੱਲ ਹੈ, ਕੋਈ ਜ਼ਿਆਦਾ ਵੱਡੀ ਗੱਲ ਨਹੀਂ। ਕਦੇ ਇਸ ਤਰ੍ਹਾਂ ਦੀ ਕੋਈ ਘਟਨਾ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ? ਆਮ ਆਪਾਂ ਚਲੋ ਇਹ ਤਾਂ ਤੁਸੀਂ ਰਾਜਨੀਤੀ ਤੇ ਲੈ ਗਏ ਗੱਲ ਨੂੰ ਜੀ। ਮੰਨ ਲਓ ਆਮ ਵੀ ਆਪਾਂ ਕਵਰੇਜ ਕਰਨੇ, ਕਈ ਵਾਰੀ ਇੱਕ ਧਿਰ ਆਪਣੇ ਤੋਂ ਖਬਰ ਲਗਵਾਉਂਦੀ ਹੈ ਤੇ ਦੂਸਰੀ ਧਿਰ ਵੀ ਇਤਰਾਜ਼ ਕਰ ਦਿੰਦੀ ਹੈ, ਫਿਰ ਆਪਾਂ ਉਹਦਾ ਬੜਾ ਇੱਕ ਸਪਸ਼ਟੀਕਰਨ ਦੇ ਹਿਸਾਬ ਨਾਲ ਉਹਦਾ ਜਿਹੜਾ ਪੱਖ ਹੁੰਦਾ ਆਪਾਂ ਉਹ ਰੱਖਦੇ ਹਾਂ ਜੀ। ਆਪਣਾ ਫਰਜ਼ ਤਾਂ ਇਹੀ ਹੁੰਦਾ ਜੀ। ਪਰ ਦੇਖੋ ਜੀ, ਹੁਣ ਮੰਨ ਲਓ ਦੋ ਲੋਕ ਨੇ, ਇੱਕ ਆਪਾਂ ਨੂੰ ਕਹਿੰਦਾ ਵੀ ਮੈਨੂੰ ਇਨਸਾਫ਼ ਚਾਹੀਦਾ ਜੀ, ਮੇਰੀ ਆਹ ਮੰਗ ਹੈ, ਮੇਰੇ ਤੇ ਆਹ ਜਿਹੜਾ ਆਪਣੇ ਵਾਧਾ ਹੋਇਆ ਜੀ। ਜੇ ਆਪਾਂ ਉਹਦੀ ਆਵਾਜ਼ ਨਹੀਂ ਚੱਕਦੇ ਬਿਲਕੁਲ, ਉਹ ਵੀ ਗਲਤ ਗੱਲ ਹੈ ਬਿਲਕੁਲ, ਜਾਂ ਤਾਂ ਕੰਮ ਹੀ ਨਾ ਕਰੋ ਬਿਲਕੁਲ ਜੀ। ਤਾਂ ਇਹ ਚੀਜ਼ਾਂ ਕਠਿਨਾਈਆਂ ਤਾਂ ਚਲੋ ਇਹ ਤਾਂ ਆਮ ਗੱਲਾਂ ਨੇ ਜੀ ਜੀ, ਕੋਈ ਵੱਡੀ ਗੱਲ ਨਹੀਂ। ਹੋਰ ਫਾਜ਼ਿਲਕਾ ਵਾਸੀਆਂ ਨੂੰ, ਹੋਰ ਪੰਜਾਬ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਬਸ ਪਿਆਰ ਤਾਂ ਹੀ ਹੈ ਜੀ, ਸੋਰੀ ਸੰਦੇਸ਼ ਤਾਂ ਆਹੀ ਹੈ ਵੀ ਆਪਣਾ ਪਿਆਰ ਬਣਾਏ ਰੱਖੋ, ਤੇ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀਆਂ ਸੇਵਾਵਾਂ ਦੇ ਵਿੱਚ ਇਸ ਤਰ੍ਹਾਂ ਦੇ ਅਦਾਰੇ ਰਹਿਣ, ਕਿਉਂਕਿ ਸੋਸ਼ਲ ਮੀਡੀਆ ਹੀ ਇੱਕ ਅਜਿਹਾ ਮੀਡੀਆ ਹੈ ਜਿਹੜਾ ਆਮ ਬੰਦੇ ਤੱਕ ਪਹੁੰਚ ਕਰਦਾ ਹੈ, ਤੁਹਾਡੇ ਵਾਰਡ ਦੇ ਵਿੱਚ, ਤੁਹਾਡੇ ਘਰ ਦੇ ਵਿੱਚ, ਤੁਹਾਡੀ ਗਲੀ ਤੱਕ ਪਹੁੰਚ ਕਰਦਾ ਹੈ, ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਤੁਹਾਡੀ ਸਪੋਰਟ ਦੀ ਲੋੜ ਹੁੰਦੀ ਹੈ। ਉਹ ਚਾਹੇ ਸਹਿਯੋਗ ਕਿਸੇ ਤਰ੍ਹਾਂ ਦਾ ਵੀ ਹੈ, ਉਹ ਜ਼ਰੂਰ ਦਿਆ ਕਰੋ, ਇਹ ਨਹੀਂ ਮੈਂ, ਚਾਹੇ ਕੋਈ ਵੀ ਹੈ। ਤਾਂ ਮੈਨੂੰ ਤਾਂ ਦੇਖੋ ਜਿਹੜਾ ਸਹਿਯੋਗ ਮਿਲਿਆ ਹੈ ਜੀ, ਉਹ ਤੁਹਾਡੇ ਸਾਹਮਣੇ ਹੈ ਜੀ। ਸੋ ਇਹ ਸਨ SD ਲਾਈਵ ਦੇ ਮੁੱਖ ਸੰਪਾਦਕ ਸੰਨੀ ਦੂਮੜਾ ਜੀ, ਜਿਨ੍ਹਾਂ ਨਾਲ ਗੱਲਬਾਤ ਕੀਤੀ ਔਰ ਇਹਨਾਂ ਦੇ ਹੁਣ ਤੱਕ ਸਫ਼ਰ ਦੀ ਗੱਲ ਕੀਤੀ। ਕਠਿਨਾਈਆਂ ਵੀ ਆਈਆਂ, ਫਿਰ ਕਿਸੇ ਦਿਨ ਇਸ ਮੁੱਦੇ 'ਤੇ ਇਹਨਾਂ ਦੀ ਜ਼ਿੰਦਗੀ 'ਤੇ ਹੋਰ ਵੱਡਾ ਇੱਕ ਇੰਟਰਵਿਊ ਕਰਾਂਗੇ, ਲੰਬਾ ਸਮਾਂ ਬੈਠਾਂਗੇ, ਅੱਜ ਸਮੇਂ ਦੀ ਥੋੜ੍ਹੀ ਜਿਹੀ ਸ਼ੋਰਟਸ ਸੀ। ਮੈਂ ਤੁਹਾਡਾ ਆਪਣਾ ਅਸ਼ੋਕ ਮਹਿਕ AMTV ਲਾਈਵ ਦਾ ਮੁੱਖ ਸੰਪਾਦਕ, ਬਣੇ ਰਹਿਣਾ ਸਾਡੇ ਨਾਲ, ਦੇਖਦੇ ਰਹਿਣਾ ਸਾਡਾ ਚੈਨਲ ਔਰ ਸਾਡੇ ਸੰਨੀ ਦੂਮੜਾ ਦੇ SD ਲਾਈਵ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ, ਤਾਂ ਜੋ ਫਾਜ਼ਿਲਕਾ ਵਾਸੀ ਜਿਹੜਾ ਕਿ ਨਿਰਪੱਖ ਪੱਤਰਕਾਰਤਾ ਦਾ ਜਿਹੜਾ ਕਿ ਲਾਇਆ ਲੈ ਸਕਣ। ਧੰਨਵਾਦ।